ਜਰੀ ਵਾਜਬੀ ਧੀਆਂ ਨਾਲ ਟੁਰਨਾ ਪਸੰਦ ਨਹੀਂ ਕਰੇਂਦੇ। ਇਸ ਬਾਜ਼ਾਰ ਚ ਆ ਕੇ ਇਮਾਮ ਭਾਈ ਮਾਰ ਕੇ ਇੱਕ ਮੁਕਾਮ ਕਰਨੇ ਜਾ ਫਿਰ ਆਂਦਾ ਬਾਬਾ ਕੱਲਾ ਮਰੋ ਬਾਬਾ ਕੁਝ ਮੈਂ ਦੱਸ ਬਾਬਾ ਇੱਥੇ ਰੋਣ ਦੀ ਕਿਆ ਵਜ੍ਹਾ ਫਰਮਾਇਆ ਪੁੱਤਰ ਉਹ ਜਾਏ ਜਿੱਥੇ ਦਾਦੀਆਂ ਰੱਖੂ ਵਿੱਚ ਟੁਰਦੀਆਂ ਰਹੀਆਂ ਇਸ ਮੁਕਾਮ ਤੇ ਪਹੁੰਚਿਆ ਇੱਕ ਕਮੀ ਨੇ ਐਲਾਨ ਕੀਤਾ ਹੈ ਜੇ ਸਦੀ ਤੋਂ ਬਦਲੇ ਗਿਰਨੇ ਨਾ ਹੋਰੀ ਦੀਆਂ ਧੀਆਂ ਤੋਂ ਬੇਟਾ ਆਖਣ ਦੀ ਦੇਰ ਆਈ ਪੱਥਰਾਂ ਦੀ ਬਾਰਿਸ਼ ਲੈ ਪਈ ਨਿੱਕੇ ਨਿੱਕੇ ਵਾਲ ਮਾਵਾਂ ਨਾਲ ਲੁਕਣ ਲੱਗ ਪਏ ਉਸ ਵੇਲੇ ਦਾਦੀਆਂ ਰੱਖੂ ਜੋ ਕੇ ਆ ਜਾਓ ਸਾਡੇ ਹੇਠ ਲੁਕ ਜਾਓ ਛੱਤ ਤੈਨੂੰ ਮਕਾਨ ਦੇ ਦਿਸਦੀ ਪਈ ਹਾਂ ਬਾਬਾ ਦਿਸਦੀ ਪਈ ਫਰਮਾਇਆ ਇੱਥੇ ਉਮੇ ਹਜਾਮ ਨਾਮੀ ਔਰਤ ਖਲੀ ਆਈ ਜਦੇ ਹੱਥ ਚਿਤਰਾਏ ਨੋਕਾ ਵਾਲਾ ਪੱਥਰ ਆਈ ਗਲਤ ਪੜਾ ਮੈਂ ਮਜ਼ਲੂਮ ਦਾ ਜ਼ਾਕਿਰ ਨਾਮਾ ਦਾ ਹਰ ਔਰਤ ਨੇ ਮਾਰਿਆ ਉਹ ਚੁੱਪ ਕਰਕੇ ਖਲੋਤੀ ਪੁੱਤਰ ਹੁਸੈਨ ਨੂੰ ਮਾਰਨਾ ਪੱਤਰੀਆਂ ਧੀਆਂ ਨੇ ਪਰਦਿਆਂ ਨੂੰ ਅੱਲਾ ਤੇਰੀ ਜ਼ਿੰਦਗੀ ਕਰੇ ਉਹ ਜਵਾਨੀਆਂ ਨਸੀਬ ਹੋ ਜਾ ਤੁਹਾਡੀਆਂ ਮੈਂ ਬਿਸਮਿਲਲਾ ਕਰਾਂ ਬੱਚਿਆਂ ਦੀ ਜ਼ਿੰਦਗੀ ਹੋਣੇ ਮੈਂ ਬਿਸਮਿਲਲਾ ਹੌਸਲੇ ਨਾਲ ਹੌਸਲੇ ਨਾਲ ਤੁਹਾਡੇ ਇਹ ਬਿਸਮਿਲਲਾ ਕਰ ਹੌਸਲੇ ਨਾਲ ਇੱਕ ਗੱਲ ਸੁਣ ਲਵਿਆ ਜੰਗ ਚ ਅਲੀ ਮੇਰਾ ਸ਼ੋਹਰ ਮਾਰਿਆ ਅੱਜ ਮੌਕਾ ਬਣਿਆ ਹੈ ਮੈਂ ਬਦਲਾ ਗਿਣਨਾ ਜਾ ਫਿਰ ਫਿਰ ਕਿਉਂ ਹੋਇਆ ਬਾਬਾ ਮੈਂ ਤੈਨੂੰ ਕੇ ਦੱਸ ਮੇਰਾ ਪੁੱਤਰ ਜਿਹੜੇ ਵੇਲੇ ਦਾਦੇ ਦੀ ਸਾਰ ਅਲੀ ਸਾਂਗ ਸਾਹਮਣੇ ਇੱਥਾਂ ਆਈ ਕਾਬੂ ਕਰੀ ਜਗਾ ਜਾ ਫਿਰ ਦਾ ਫਿਰ ਬਾਬਾ ਫਰਮਾਇਆ ਉਸ ਕਮੀਨੀ ਔਰਤ ਪੱਥਰ ਮਾਰਿਆ ਦਾਦੇ ਦੀ ਪਛਾਣੀ ਫਟ ਗਈ ਤਾੜੇ ਦੀ ਤੱਕ ਦਾੜੀ ਨਾਲ ਰਾਤ ਨਾਲ ਰੰਗੀਨ ਹੋ ਗਈ ਉਸ ਕਮੀਨੀ ਔਰਤ ਨੇ ਦੂਸਰਾ ਪੱਥਰ ਚਾਇਆ ਬਾਬਾ ਰੋ ਕੇ ਆਦਾ ਪਾਕਿਰ ਮੇਰੇ
سیدہ جائے بلا کے آنکھ اگلی گل تساں برداشت نہیں کرنی میں نو 8 سال ہو گئے تواڈے وچ پڑھدے ہاں اللہ بادشاہ جاندا ہے پیو تے پتر وائن کر دے ٹر پے خدا جاندا ہے دھیاں لیوں شام دی جامع مسجد دی دیوار دے نال محمد باقر چپ کر کے آن کے پڑھ سجاد سانو دسیا نہ بیٹا نماز مک جائے